ਕੋਇਂ ਦੋਤੋ ਸਤਿ ਸ਼੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਸੋ ਸੁਆਗਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਬਈ ਲੇਟੈਸਟ ਵੀਡੀਓ ਜਿਹੜੀ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ ਸੋ ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਬਈ ਨਵਾਂ ਇੱਕ ਬੈਚ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਜਿਹੜਾ ਕਿ ਲੈਕਚਰਰ ਹਿਸਟਰੀ ਦਾ ਬਣੇ ਜਿਸ ਦੇ ਵਿੱਚ ਆਪਾਂ ਜੋ ਟੌਪਿਕ ਪੈਂਡਿੰਗ ਰਹਿੰਦੇ ਨੇਗੇ ਮਾਸਟਰ ਗ੍ਰੈਜੂਏਟਰ ਤੋਂ ਉਲਾਵਾ ਜਿਹੜੇ ਕਿ ਐਕਸਟਰਾ ਨੇਗੇ ਬਈ ਲੈਕਚਰਰ ਦੇ ਵਿੱਚ ਉਹਨਾਂ ਦੀ ਜਿਹੜੀਆਂ ਕਲਾਸਿਸ ਜਿਹੜੀਆਂ ਉਹ ਸ਼ੁਰੂ ਕਰ ਰਹੇ ਹੈਗੇ ਆਗੇ ਤਾਂ ਕਿ ਪੂਰੇ ਦਾ ਪੂਰਾ ਜਿਹੜਾ ਬਈ ਤੁਹਾਡਾ ਲੈਕਚਰਰ ਦਾ ਸਿਲੇਬਸ ਆ ਉਹ ਕੰਪਲੀਟ ਹੋ ਚੁੱਕੇ ਸੋ ਇਹਦੇ ਸਟਰਕਚਰ ਦੇ ਲਈ ਜਿਹੜੇ ਹੈ ਬਈ 500 ਰੁਪਏ ਆਪਾਂ ਫੀਸ ਰੱਖੀ ਹੈਗੀ ਹੈਗੀ ਮੰਥਲੀ ਤੋ ਜਿਹੜੇ ਵੀ ਸਟੂਡੈਂਟ ਇੰਟਰਸਟਡ ਹੈਗੇ ਨੇ ਸੋ ਨੈਕਸਟ ਜਿਹੜਾ 슬ਾਈਡ ਦੇ ਵਿੱਚ ਨੰਬਰ ਦਿੱਤਾ ਹੋਇਆ ਸੋ ਉਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੈ ਜਿਸ ਦੇ ਵਿੱਚ ਉਹਨਾਂ ਨੂੰ ਸਾਰੀਆਂ ਕਲਾਸਾਂ ਦੇ ਜਿਹੜੇ MCQ ਕੁਐਸਚਨ ਜਿਹੜੇ ਆ ਉਹ ਮਿਲ ਜਾਣਗੇ ਬਈ ਓਕੇ ਔਰ ਇਹਨਾਂ ਦੀ ਜਿਹੜੀ ਪੀਡੀਐਫ ਹੈ ਉਹ ਵੀ ਤੁਹਾਨੂੰ ਪ੍ਰੋਵਾਈਡ ਕੀਤੀ ਜਾਵੇਗੀ ਤੇ ਨਾਲ ਹੀ ਜਿਹੜੇ ਸਟੇਬਲ ਟੈਸਟ ਨੇ ਉਹ ਵੀ ਪ੍ਰੋਵਾਈਡ ਕੀਤੇ ਜਾਣਗੇ ਜਿਹਦੇ ਵਿੱਚ ਪ੍ਰੀਵੀਅਸ ਪੇਪਰ ਅਤੇ ਫੁੱਲ ਟੌਪਿਕ ਵਾਈਜ਼ ਜਿਹੜੇ ਬਿੱਟ ਬੰਦੇ ਹੈਗੇ ਕੁਐਸਚਨ ਉਹਨਾਂ ਸਾਰਿਆਂ ਦੇ ਟੈਸਟ ਵੀ ਤੁਹਾਨੂੰ ਜਿਹੜੇ ਉਹ ਪ੍ਰੋਵਾਈਡ ਕੀਤੇ ਜਾਣਗੇ ਔਰ 500 ਰੁਪਏ ਜਿਹੜਾ ਹੈ ਇਹ ਮੰਥਲੀ ਰਹੇਗਾ ਭਾਈ ਸੋ ਅਗਰ 1 ਮਹੀਨੇ ਦੇ ਵਿੱਚ ਤੁਹਾਡਾ 500 ਚ ਹੀ ਕੰਪਲੀਟ ਹੋ ਜਾਵੇਗਾ ਅਗਰ 2 ਮਹੀਨੇ ਲੱਗ ਗਿਆ ਤਾਂ ਤੁਹਾਡਾ 1000 ਰੁਪਏ ਲੱਗ ਜਾਵੇਗਾ ਆਲਮੋਸਟ 2 ਮਹੀਨੇ ਦੇ ਵਿੱਚ ਇਹ ਕਵਰ ਹੋ ਜਾਵੇਗਾ ਸੋ ਜਿਹੜਾ ਫਸਟ ਪਾਰਟ ਹੈ ਸੋ ਇਹ ਪਾਰਟ ਜਿਹੜਾ ਹੈ ਪਬਲਿਕ ਹੈ ਬਈ ਬਾਕੀ ਦੇ ਜਿਹੜੇ ਪਾਰਟਸ ਨੇਗੇ ਉਹ ਆਪਾਂ ਟੀਚਿੰਗ ਐਪ ਦੇ ਉੱਪਰ ਜਿਹੜਾ ਆਪਣਾ ਕੋਰਸ ਬਣਾਇਆ ਹੋਇਆ ਹੈ ਸੋ ਉੱਥੇ ਇਹ ਸ਼ੁਰੂ ਕਰਾਂਗੇ ਬਾਕੀ ਜਿਹੜੇ ਆ ਤੁਹਾਡੇ ਕੋਲ ਸ਼ੋ ਨਹੀਂ ਹੋਣਗੇ ਓਕੇ ਸੋ ਅੱਜ ਦਾ ਸਾਡਾ ਜਿਹੜਾ ਟੌਪਿਕ ਰਹੇਗਾ ਬਈ ਉਹ ਫ੍ਰੈਂਚ ਰੈਵਿਊਸ਼ਨ ਜਿਹੜਾ ਹੈ ਯਾਨੀ ਕਿ ਫਰਾਂਸ ਦੇ ਵਿੱਚ ਜਿਹੜੀ ਕ੍ਰਾਂਤੀ ਆਈ ਹੈ 1799 ਦੇ ਵਿੱਚ ਉਹਦੇ ਨਾਲ ਰਿਲੇਟਡ ਆਪਾਂ ਜਿਹੜੇ 20 MCQ ਡਿਸਕਸ ਕਰਾਂਗੇ ਜੋ ਕਿ ਹਿਸਟਰੀ ਆਫ ਵਰਲਡ ਦੇ ਵਿੱਚ ਆਉਂਦੇ ਹੈ ਕਿ ਨਹੀਂਗੇ ओके okay, काफी सारे टॉपिक ਜਿਹੜੇ ਆ ਵੀ ਵਾਰਡ ਦੇ ਨੇ ਸੋ ਇਹਨਾਂ ਸਾਰਿਆਂ ਦੇ ਜਿਹੜੇ ਕੁਐਸਚਨ ਨੇ ਉਹ ਆਲਮੋਸਟ 300 ਤੋਂ 400 ਦੇ ਕਰੀਬ ਕੁਐਸਚਨ ਬਣਨਗੇ ਸਾਰੇ ਦੇ ਸਾਰੇ ਤੁਹਾਨੂੰ ਮੈਂ ਕਰਵਾਵਾਂਗਾ ਬਾਈ ਇੱਕ ਇੱਕ ਕੁਐਸਚਨ ਜਿਹਦੇ ਵਿੱਚ ਬਹੁਤ ਹੀ ਹਾਈ ਲੈਵਲ ਦੇ ਆਪਾਂ ਕੁਐਸਚਨ ਕਵਰ ਕਰਾਂਗੇ ਕਿਉਂਕਿ ਜਿਹੜਾ ਹੁਣ ਪੇਪਰ ਹੋ ਰਹੇ ਨੇ ਤਾਂ ਉਹਨਾਂ ਦੇ ਵਿੱਚ ਲੈਵਲ ਕਾਫੀ ਟਫ ਆ ਰਿਹਾ ਹੈ ਸੋ ਸਾਰੇ ਟਫ ਤੋਂ ਟਫ ਜਿਹੜੇ ਲੈਵਲ ਨੇ ਆਪਾਂ ਸਾਰਿਆਂ ਦੇ ਜਿਹੜੇ ਐਮਸੀਕਿਊ ਆ ਉਹ ਬਣਾ ਕੇ ਤੁਹਾਡੇ ਕੋਲੇ ਲੈ ਕੇ ਆਵਾਂਗੇ ਓਕੇ ਤੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ PDF ਦਿੱਤੀਆਂ ਜਾਣੀਆਂ ਬਟ ਹੁਣ ਇਹਦੇ ਲਈ ਆਪਾਂ ਕਰਤੀ ਦੀ ਉਹ ਚੇਂਜ ਕਰ ਦਿੱਤਾ ਹੈ ਇਹ ਸਾਰਾ ਅਟੈਚਮੈਂਟ ਦੇ ਉੱਪਰ ਤੁਸੀਂ ਜਿਹੜਾ ਹੈ ਡਾਊਨਲੋਡ ਕਰਕੇ ਦੇਖ ਸਕਦੇ ਹੈਗੇਓ ਸੋ ਟੀਚਮੈਂਟ ਦੇ ਉੱਪਰ ਆਪਣਾ ਕੋਰਸ ਜਿਹੜਾ ਉਹ ਬਣਾ ਦਿੱਤਾ ਹੈ ਜਿੱਥੇ ਤੁਸੀਂ 500 ਰੁਪਏ ਪੇ ਕਰਕੇ ਜਿਹੜਾ ਐਡ ਹੋ ਸਕਦੇ ਹੈਗੇਓ ਸੋ ਇਹ ਮੰਥਰੀ ਰਹੇਗਾ ਬਈ ਠੀਕ ਹੈ ਰਿਵਾਈਜ਼ ਕਰ ਦਿੰਨਾ ਮੈਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਲੇਟੈਸਟ ਵੀਡੀਓ ਜਿਹੜੀਆਂ ਉਹ ਸਭ ਤੋਂ ਪਹਿਲਾਂ ਮਿਲਦੀਆਂ ਰਹਿਣ ਸੋ ਲਾਈਵ ਕਲਾਸ ਜਿਹੜੀ ਹੈ ਫਿਲਹਾਲ ਆਪਾਂ ਇੱਕ ਦੋ ਦਿਨਾਂ ਦੇ ਲਈ ক্লোਜ਼ ਕਰਾਂਗੇ ਕਿਉਂਕਿ ਜਿੰਨੇ ਟਾਈਮ ਤੱਕ ਆਪਣੇ ਕੋਲੇ ਬੱਚੇ ਜ਼ਿਆਦਾ ਨਹੀਂ ਹੁੰਦੇ ਉਦੋਂ ਤੱਕ ਆਪਾਂ ਲਾਈਵ ਕਲਾਸ ਨਹੀਂ ਲਗਾਵਾਂਗੇ ਔਰ ਇਹ ਲਾਈਵ ਕਲਾਸ ਵੀ ਜਿਹੜੀ ਹੈ ਬਾਈ ਟੀਚਿੰਗ ਐਪ ਦੇ ਉੱਪਰ ਹੀ ਲਗਾਵਾਂਗੇ ਨਾ ਕਿ YouTube ਦੇ ਉੱਪਰ ਆਪਾਂ ਸੋ ਉੱਥੋਂ ਤੁਸੀਂ ਜਿਹੜੀਆਂ ਕਲਾਸਾਂ MCQ ਵਾਲੀਆਂ ਦੇਖ ਪਾਉਂਗੇ ਤੇ ਪਲੱਸ ਉਹਨਾਂ ਦੀ PDF ਹੈ ਜਿਹੜੀ ਉਸ ਪ੍ਰਾਪਤ ਕਰ ਸਕਦੇ ਹੈਗੇ ਹੋ ਸੋ ਅੱਜ ਦਾ ਫਰਸਟ ਕੁਐਸਚਨ ਰਹੇਗਾ ਜੀ ਸਾਡਾ ਸੋ ਫਰਾਂਸ ਦੇ ਵਿੱਚ ਕ੍ਰਾਂਤੀ ਕਦੋਂ ਆਈ ਸੋ ਫਰਾਂਸ ਦੇ ਵਿੱਚ ਕ੍ਰਾਂਤੀ 1780 ਦੇ ਵਿੱਚ ਆਈ ਹੈ 1799 ਚ ਆਈ ਹੈ 1786 ਦੇ ਵਿੱਚ ਆਈ ਹੈ ਜਾਂ 1790 ਦੇ ਵਿੱਚ ਆਈ ਹੈ ਸੋ ਫਰਾਂਸ ਦੀ ਜਿਹੜੀ ਕ੍ਰਾਂਤੀ ਹੈ ਬਈ ਇਹ ਸਾਲ 1799 ਦੇ ਵਿੱਚ ਆਈ ਹੈ ਵੈਰੀ ਵੈਰੀ ਇੰਪੋਰਟੈਂਟ ਹੈ ਬਈ ਧਿਆਨ ਰੱਖਿਓ ਓਕੇ ਸੋ ਇਹ ਇੱਕ ਚੀਜ਼ ਹੋਰ ਨੋਟ ਕਰ ਲਿਓ ਜਿਹੜਾ ਆਪਾਂ ਇਹ ਟਾਪਿਕ ਕਰਾਂਗੇ ਵਰਡ ਦੇ ਇਹ ਤੁਹਾਨੂੰ ਜਿਹੜਾ ਐ ਐਨਵੀਐਸ ਦੀਆਂ ਪੋਸਟ ਆਈਆਂ ਨੇ ਬਈ ਠੀਕ ਹੈ ਜੋ ਪੀਜੀਟੀ ਆਲਗਾਂ ਨੇ ਗਿਆ ਐਂਡ ਇਸ ਤੋਂ ਬਾਅਦ TGT ਦੀਆਂ ਨੇ ਉਹਨਾਂ ਸਾਰਿਆਂ ਦੇ ਵਿੱਚ ਤੁਹਾਨੂੰ ਇਹ ਟੌਪਿਕ ਸੇਮ ਨੇ ਜੇਕਰ ਕਿਸੇ ਨੇ ਫਿਲ ਕੀਤਾ ਹੋਇਆ ਪੇਪਰ ਤਾਂ ਤੁਹਾਨੂੰ ਉਹਦੇ ਵਿੱਚ ਵੀ ਇਹ ਮਦਦਗਾਰ ਰਹਿਣਗੇ ਹੈਲਪਫੁਲ ਰਹਿਣਗੇ ਓਕੇ ਫਰੈਂਚ ਰੈਵੋਲੂਸ਼ਨ ਜਿਹੜਾ ਹੈ ਉਹਦੇ ਵਿੱਚ ਕੰਪਲੀਟਲੀ ਜਿਹੜਾ ਟੌਪਿਕ ਮੈਂਸ਼ਨ ਕੀਤਾ ਹੋਇਆ ਹੈਗਾ TGT ਦੇ ਵਿੱਚ ओके ਸੋ ਫਰਾਂਸ ਦੇ ਵਿੱਚ ਕ੍ਰਾਂਤੀ ਆਈ ਬਈ ਇੱਕ ਬੜੇ ਹੀ ਰੈਵੋਲੂਸ਼ਨਰੀ ਤਰੀਕੇ ਦੇ ਨਾਲ ਲੋਕ ਇਕੱਠੇ ਹੋਏ ਤੇ ਉਹਨਾਂ ਨੇ ਜਿਹੜਾ ਹੈ ਬਈ ਸ਼ਾਸਕਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਨਾਂ ਨੇ ਲੋਕਾਂ ਦੇ ਅਨੁਸਾਰ ਜਿਹੜਾ ਕੰਮ ਨਹੀਂ ਕੀਤਾ ਸੀਗਾ ਇਸ ਦੇ ਨਾਲ ਹੀ ਤੁਸੀਂ ਯਾਦ ਰੱਖਣਾ ਹੈ ਬਈ ਕਿ ਐਗਜੈਕਟ ਡੇਟ ਵੀ ਕਈ ਵਾਰ ਤੁਹਾਨੂੰ ਪੁੱਛੀ ਜਾ ਸਕਦੀ ਹੈ ਕਿਉਂਕਿ ਹੁਣ ਲੈਵਲ ਜਿਹੜਾ ਉਹ ਹਾਈ ਲੈਵਲ ਦਾ ਹੋ ਚੁੱਕਿਆ ਹੈ ਤਾਂ ਫਰਾਂਸ ਦੇ ਵਿੱਚ ਕ੍ਰਾਂਤੀ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈਗੀ ਬਈ 5 ਮਈ 1799 ਤੋਂ ਅਤੇ ਚੱਲਦੀ ਹੈਗੀ ਜੀ 9 ਨਵੰਬਰ 1799 ਤੱਕ ਸੋ ਇਹ 10 ਸਾਲਾਂ ਦੇ ਸਮੇਂ ਦੇ ਵਿੱਚ ਬੜੇ ਹੀ ਰੈਵਲੂশনারੀ ਤਰੀਕੇ ਦੇ ਨਾਲ ਜਿਹੜਾ ਹਨਾ ਵੀ ਲੋਕਾਂ ਦੇ ਵਿੱਚ ਇੰਪਰੂਵਮੈਂਟ ਆਉਂਦੀ ਹੈਗੀ ਆ ਔਰ ਪੂਰਾ ਜਿਹੜਾ ਦਾ ਪੀਰੀਅਡ ਰਿਹਾ ਹੈ ਸੋ ਇਹ ਵੀ ਨਾਲ ਨੋਟ ਕਰ ਲਿਓ ਕਿ ਕਿੰਨੇ ਸਮੇਂ ਤੱਕ ਦਾ ਇਹ ਸਮਾਂ ਰਿਹਾ ਸੀ ਜਿਹਦੇ ਵਿੱਚ 10 ਸਾਲ 6 ਮਹੀਨੇ 4 ਦਿਨਾਂ ਦਾ ਸਮਾਂ ਲੱਗਿਆ ਸੀਗਾ ਬਈ ਪੂਰੀ ਦੀ ਪੂਰੀ ਜਿਹੜੀ ਫਰਾਂਸੀਸੀ ਕ੍ਰਾਂਤੀ ਉਸ ਨੂੰ ਕੰਪਲੀਟ ਹੋਣ ਦੇ ਲਈ ਓਕੇ ਨੈਕਸਟ ਕੁਐਸਚਨ ਹੈ ਜੀ 2 ਨੰਬਰ ਫਰਾਂਸ ਦੀ ਕ੍ਰਾਂਤੀ ਨੂੰ ਵਿਸ਼ਵ ਕ੍ਰਾਂਤੀ ਕਿਸ ਨੇ ਕਿਹਾ ਹੈ ਅੱਜ ਕੱਲ ਦੇ ਪੇਪਰਾਂ ਚ ਇਹ ਟਰਮਾਂ ਜ਼ਿਆਦਾ ਆਉਣੀ ਹੈ ਬਈ ਯਾਦ ਰੱਖਿਓ ਠੀਕ ਹੈ ਸੋ ਲੁਈ 14ਵੇਂ ਨੇ ਕਿਹਾ ਹੈ ਰੈਮ ਜੀ ਮਿਓਰ ਨੇ ਕਿਹਾ ਹੈ ਕਾਰਡੀਨਲ ਨੇ ਕਿਹਾ ਹੈ ਜਾਂ ਲੁਏ 15ਵੇਂ ਨੇ ਕਿਹਾ ਹੈ ਸੋ ਫਰਾਂਸ ਦੀ ਕ੍ਰਾਂਤੀ ਨੂੰ ਕਈ ਨਮਾਂ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਹੈ ਸੋ ਇਹਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਕਿ ਵਿਸ਼ਵ ਕ੍ਰਾਂਤੀ ਦਾ ਨਾਮ ਜਿਹੜਾ ਹੈ ਉਹ ਕਿਸ ਨੇ ਕਿਹਾ ਜਾਂ ਕਿਸ ਨੇ ਦਿੱਤਾ ਸੀਗਾ ਸੋ ਇਹ ਸੀਗਾ ਜੀ ਰਾਮਜ਼ੇ ਮਯੋਰ ਸੋ ਇਸ ਵਿਅਕਤੀ ਦੇ ਦੁਆਰਾ ਫਰਾਂਸ ਦੀ ਕ੍ਰਾਂਤੀ ਜਿਹੜੀ ਕਿ 1799 ਦੇ ਵਿੱਚ ਆਈ ਸੀਗੀ ਉਸ ਨੂੰ ਜਿਹੜੀ ਹੈ ਵਰਲਡ ਰੈਵਿਊਸ਼ਨ ਜਾਂ ਵਿਸ਼ਵ ਦੀ ਕ੍ਰਾਂਤੀ ਦੇ ਨਾਲ ਸੰਬੋਧਿਤ ਕੀਤਾ ਗਿਆ ਸੀ ਕਿਉਂਕਿ ਸਭ ਤੋਂ ਪਹਿਲੀ ਕ੍ਰਾਂਤੀ ਸੀਗੀ ਕਹਿ ਸਕਦੇ ਆਪਾਂ ਇੱਕ ਤਰੀਕੇ ਦੇ ਨਾਲ ਹਨ ਅਮਰਜ਼ ਹੋਈ ਸੀਗੀ ਸੋ ਐਸੀ ਕਰਕੇ ਨੂੰ ਪਹਿਲੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈਗਾ ਸੋ ਫਰਾਂਸ ਦੀ ਕ੍ਰਾਂਤੀ ਨੂੰ ਵਿਸ਼ਵ ਕ੍ਰਾਂਤੀ ਇਸ ਤੋਂ ਲਾਵਾ ਰੈਵਿਊਸ਼ਨ ਆਫ ਰੈਵਿਊਸ਼ਨ ਆਫ 1799 ਯਾਨੀ ਕਿ 1799 ਦੀ ਕ੍ਰਾਂਤੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸੋ 1799 ਦੇ ਵਿੱਚ ਜਿਹੜੀ ਕ੍ਰਾਂਤੀ ਆਈ ਸੀ ਉਹ ਫਰਾਂਸ ਦੇ ਵਿੱਚ ਆਈ ਸੀਗੀ ਨੈਕਸਟ ਹੈ ਜੀ ਫਰਾਂਸੀਸੀ ਕ੍ਰਾਂਤੀ ਕਿਸ ਦੇ ਵਿਰੁੱਧ ਸੀਗੀ ਸੋ ਫਰਾਂਸ ਦੇ ਵਿੱਚ ਜਿਹੜੀ ਕ੍ਰਾਂਤੀ ਸ਼ੁਰੂ ਹੋਈ ਬਈ ਉਹ ਕਿਸ ਨਾ ਕਿਸੇ ਚੀਜ਼ ਦੇ ਆਪੋਜ਼ਿਟ ਹੋਵੇਗੀ ਤੁਹਾਨੂੰ ਪਤਾ ਹੀ ਹੈ ਸੋ ਕੁਲੀਨ ਵਰਗ ਦੇ ਵਿਰੁੱਧ ਸੀ ਰਾਜਤੰਤਰ ਦੇ ਵਿਰੁੱਧ ਸੀ ਜਾਂ A ਔਰ B ਦੋਨੋਂ ਦੇ ਸੀ ਤੇ ਜਾਂ ਫਿਰ ਅਪਰੋਕਤ ਦੇ ਵਿੱਚੋਂ ਕੋਈ ਵੀ ਨਹੀਂ ਸੀਗੀ ਫ੍ਰਾਂਸ ਦੇ ਵਿੱਚ ਜਿਹੜੀ ਕ੍ਰਾਂਤੀ ਹੋਈ ਫ੍ਰੈਂਚ ਦੇ ਵਿੱਚ ਜਿਹੜੀ ਕ੍ਰਾਂਤੀ ਸ਼ੁਰੂ ਹੋਈ ਸੀਗੀ ਬਈ ਇਹ ਦੋ ਵਰਗਾਂ ਦੇ ਵਿਰੁੱਧ ਹੋਈ ਸੀਗੀ ਆਮ ਲੋਕਾਂ ਨੇ ਜਿਹੜਾ ਹੈ ਇਹ ਸ਼ੁਰੂ ਕੀਤੀ ਸੀਗੀ ਜਿਹਦੇ ਵਿੱਚ ਉਹਨਾਂ ਨੇ ਕੁਲੀਨ ਵਰਗ ਕੁਲੀਨ ਵਰਗ ਜਿਹੜਾ ਹੈ ਬਈ ਰਾਜਤੰਤਰ ਦੇ ਨਾਲ ਰਿਲੇਟਡ ਸੀਗਾ ਸੌਰੀ ਸ਼ਾਸਕ ਵਰਗ ਸੀਗਾ ਜਿਹੜਾ ਉਹਨਾਂ ਦੇ ਵਿਰੁੱਧ ਸੀਗੀ ਅਤੇ ਉੱਥੋਂ ਦਾ ਜਿਹੜਾ ਰਾਜਤੰਤਰ ਸੀਗਾ ਪ੍ਰਬੰਧ ਸੀਗਾ ਜਿਹੜਾ ਰਾਜ ਦੇ ਨਾਲ ਰਿਲੇਟਡ ਉਹਨਾਂ ਦੇ ਵਿਰੁੱਧ ਸੀ ਕਿਉਂਕਿ ਇਹ ਲੋਕਾਂ ਦੇ ਹੱਕਾਂ ਦੀ ਜਾਂ ਲੋਕਾਂ ਦੇ ਅਨੁਸਾਰ ਕੰਮ ਨਹੀਂ ਕਰਦੇ ਸੀ ਜਿਹਦੇ ਕਾਰਨ ਕਰਕੇ ਇਸ ਨੂੰ ਬੁਰਦ ਹੋ ਗਏ ਲੋਕ ਤੇ ਉਹਨਾਂ ਨੇ ਆਪਣਾ ਇਹ ਵਿਦਰੋਹ ਜਿਹੜਾ ਸ਼ੁਰੂ ਕਰ ਦਿੱਤਾ ਜੋ ਕਿ ਬਾਅਦ ਦੇ ਵਿੱਚ ਇੱਕ ਕ੍ਰਾਂਤੀ ਦੇ ਰੂਪ ਦੇ ਵਿੱਚ ਉੱਭਰਿਆ ਸੀਗਾ ਨੈਕਸਟ ਹੈ 4 ਨੰਬਰ ਕੁਐਸਚਨ ਫ੍ਰਾਂਸ ਦੀ ਕ੍ਰਾਂਤੀ ਦੇ ਵਿੱਚ ਭਾਗ ਲਿਆ ਗਿਆ ਸੋ ਜਸਦਾ ਜਨਸਧਰਨ ਨੇ ਲੇਤਾ ਮੱਧ ਸ਼੍ਰੇਣੀ ਨੇ ਲੇਤਾ ਪਿੰਡਾਂ ਦੇ ਲੋਕਾਂ ਨੇ ਲੇਤਾ ਜਾਂ ਫਿਰ ਅਪਰੋਕਤ ਸਾਰੇ ਫ੍ਰਾਂਸ ਦੀ ਕ੍ਰਾਂਤੀ ਕੁਲੀਨ ਵਰਗ ਦੇ ਵਿਰੁੱਧ ਅਤੇ ਜਿਹੜੇ ਬਈ ਰਾਜਤੰਤਰ ਦੇ ਵਿੱਚ ਸ਼ਾਮਲ ਸੀ ਉਹਨਾਂ ਦੇ ਵਿਰੁੱਧ ਇਹ ਕ੍ਰਾਂਤੀ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਸੀਗੀ ਅਤੇ ਇਹ ਕ੍ਰਾਂਤੀ ਸ਼ੁਰੂ ਕੀਤੀ ਸੀ ਜਨਸਧਰ ਯਾਨੀ ਕਿ ਸਾਰੇ ਲੋਕਾਂ ਨੇ ਮੱਧ ਸ਼੍ਰੇਣੀ ਦੀ ਵਰਗ ਦੇ ਲੋਕ ਸੀ ਜਿਹੜੇ ਅਤੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਨਿਵਾਸ ਕਰਦੇ ਸੀ ਉਹਨਾਂ ਦੇ ਦੁਆਰਾ ਇਸ ਕ੍ਰਾਂਤੀ ਨੂੰ ਸ਼ੁਰੂ ਕੀਤਾ ਗਿਆ ਸੀ ਕੁਲੀਨ ਵਰਗ ਅਤੇ ਜਿਹੜਾ ਰਾਜਤੰਤਰ ਸੀ ਉਹਦੇ ਵਿਰੁੱਧ ਇਹ ਕ੍ਰਾਂਤੀ ਸ਼ੁਰੂ ਹੋਈ ਸੀ ਤੇ ਇਹਦੇ ਵਿੱਚ ਤਿੰਨੋਂ ਵਰਗ ਜਨਸਧਰਨ ਮੱਧ ਵਰਗ ਤੇ ਪਿੰਡਾਂ ਦੇ ਲੋਕ ਸ਼ਾਮਲ ਸੀਗੇ ਜਿਨ੍ਹਾਂ ਨੇ ਇਸ ਕ੍ਰਾਂਤੀ ਨੂੰ ਲਿਆਉਣ ਦੇ ਵਿੱਚ ਬੜਾ ਯੋਗਦਾਨ ਪਾਇਆ ਨੈਕਸਟ ਹੈ ਜੀ ਕੁਐਸਚਨ ਨੰਬਰ 5 ਫਰਾਂਸ ਦੀ ਕ੍ਰਾਂਤੀ ਦਾ ਤਤਕਾਲੀਨ ਕਾਰਨ ਕੀ ਸੀਗਾ ਸਮਾਜਿਕ ਸੀਗਾ ਆਰਥਿਕ ਸੀਗਾ ਰਾਜਨੀਤਿਕ ਸੀਗਾ ਜਾਂ ਫਿਰ ਨੈਤਿਕ ਸੀਗਾ ਫਰਾਂਸੀਸੀ ਕ੍ਰਾਂਤੀ ਦੇ ਬਹੁਤ ਸਾਰੇ ਕਾਰਨ ਨੇ ਬੇ ਜਿਦੇ ਵਿੱਚ ਸਮਾਜਿਕ ਆਰਥਿਕ ਰਾਜਨੀਤਿਕ ਨੈਤਿਕ ਇਹ ਸਾਰੇ ਹੀ ਸ਼ਾਮਲ ਹੈਗੇ ਨੇਗੇ ਪਰ ਜੇ ਅਸੀਂ ਗੱਲ ਕਰੀਏ ਤਤਕਾਲੀਨ ਦੀ ਪੇਪਰ 'ਚ ਜ਼ਿਆਦਾਤਰ ਸਾਨੂੰ ਜਿਹੜਾ ਤਤਕਾਲੀਨ ਕਾਰਨ ਹੀ ਪੁੱਛਿਆ ਜਾਂਦਾ ਹੁੰਦਾ ਹੈ ਸੋ ਇਹਦੇ ਵਿੱਚ ਪ੍ਰਮੁੱਖ ਬੰਦਾ ਹੈ ਬਈ ਆਰਥਿਕ ਅਗਲੇ ਮੈਂ ਸੈਸ਼ਨਾਂ ਦੇ ਵਿੱਚ ਤੁਹਾਨੂੰ ਬਾਕੀ ਦੇ ਜਿਹੜੇ ਕਾਰਨ ਨੇ ਉਹਨਾਂ ਨੂੰ ਵੀ ਡਿਫਾਈਨ ਕਰਦਾ ਰਹੂੰਗਾ ਬਟ ਇਹ ਆਪਾਂ ਤਤਕਾਲੀਨ ਕਾਰਨ ਕੀਤਾ ਹੈ ਸੋ ਇਹਦੇ ਵਿੱਚ ਆਰਥਿਕ ਕਾਰਨ ਸੀਗਾ ਕਿ ਬਈ ਲੂਈ ਤਮਾ ਲੋਈ 15ਵਾਂ ਲੋਈ 16ਵਾਂ ਪਿਕਾ ਜੜੇ ਸੀਗੇ ਇਹ ਬੜੇ ਹੀ ਅਸ਼ੋ ਰਾਮ ਵਾਲੇ ਬੰਦੇ ਸੀਗੇ ਇਹਨਾਂ ਨੇ ਜਿਹੜਾ ਲੋਕਾਂ ਦਾ ਪੈਸਾ ਸੀ ਜੋ ਟੈਕਸ ਦੇ ਵਿੱਚ ਲੋਕ ਦਿੰਦੇ ਸੀਗੇ ਉਹਨਾਂ ਸਾਰਿਆਂ ਨੂੰ ਆਪਣੀ ਐਸ਼ ਪ੍ਰਸਤੀ ਦੇ ਉੱਪਰ ਖਰਚ ਕਰ ਦਿੱਤਾ ਸੀ ਜਿਸ ਦੇ ਕਾਰਨ ਕਰਕੇ ਲੋਕਾਂ ਦੇ ਵਿੱਚ ਜਾਂ ਦੇਸ਼ ਦੇ ਵਿੱਚ ਉਸ ਸਮੇਂ ਆਰਥਿਕ ਮੰਦੀ ਆ ਗਈ ਸੀ ਜਿਹਦੇ ਕਾਰਨ ਕਰਕੇ ਫਰਾਂਸ ਦੀ ਕ੍ਰਾਂਤੀ ਦਾ ਤਤਕਾਲੀਨ ਕਾਰਨ ਜਿਹੜਾ ਬਣਦਾ ਹੈ ਉਹ ਆਰਥਿਕ ਜਾਨਕਿ ਇਕਨੋਮਿਕਲ ਫੈਕਟਰ ਜਿਹੜਾ ਬਣ ਜਾਂਦਾ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ਇਹ ਕ੍ਰਾਂਤੀ ਹੋਣ ਦੇ ਵਿੱਚ ਆਉਂਦੀ ਹੈਗੀ ਆ ਓਕੇ ਨੈਕਸਟ ਹੈ ਜੀ ਕੁਐਸਚਨ ਨੰਬਰ 6 ਫਰਾਂਸ ਦੀ ਕ੍ਰਾਂਤੀ ਦਾ ਰਾਜਨੀਤਿਕ ਕਾਰਨ ਕੀ ਸੀਗਾ ਬਈ ਫਰਾਂਸ ਦੀ ਰਾਜਨੀਤਿਕ ਰਾਜਨੀਤਿਕ ਕਾਰਨ ਸੀਗਾ ਲੂਈ 14ਵੇਂ ਦੀ ਨਿਰਕੁਸ਼ਤਾ ਪਹਿਲੀ ਸ਼੍ਰੇਣੀ ਦੇ ਪਾਦਰੀ ਫਰਾਂਸ ਦੇ ਵਿੱਚ ਗਰੀਬੀ ਤੇ ਮਹਿੰਗਾਈ ਜਾਂ ਚਰਚ ਦੀ ਸੰਪਤੀ ਹੁਣ ਆਪਾਂ ਰਾਜਨੀਤਿਕ ਗੱਲ ਕੀਤੀ ਹੈ ਪਹਿਲਾਂ ਤਤਕਾਲੀਨਿਕ ਪੜਿਆ ਸੀਗਾ ਬਈ ਹੁਣ ਰਾਜਨੀਤਿਕ ਤੌਰ ਤੇ ਆਗੇ ਕਿ ਪੋਲੀਟੀਕਲ ਜਿਹੜਾ ਫੈਕਟਰ ਹੈ ਉਹ ਕਿਹੜਾ ਰਿਸਪੌਂਸੀਬਲ ਸੀਗਾ ਜਿਹਦੇ ਕਾਰਨ ਕਰਕੇ ਫਰਾਂਸ ਦੇ ਵਿੱਚ ਕ੍ਰਾਂਤੀ ਆਈ ਸੀ ਬਹੁਤ ਸਾਰੇ ਫੈਕਟਰ ਸੀਗੇ ਇਹਨਾਂ ਦੇ ਵਿੱਚੋਂ ਆਪਾਂ ਗੱਲ ਕਰੀਏ ਆਪਸ਼ਨਾਂ ਦੇ ਵਿੱਚੋਂ ਤਾਂ ਲੂਈ 14ਵੇਂ ਦਾ ਜਿਹੜਾ ਨਿਰਕੁਸ਼ਤਾ ਦਾ ਜਿਹੜਾ ਸਿਧਾਂਤ ਸੀਗਾ ਨਿਰਕੁਸ਼ਤਾ ਤੁਹਾਨੂੰ ਪਤਾ ਹੀ ਹੈ ਕਿ ਬਈ ਉਹ ਆਪਣੇ ਆਪ ਨੂੰ ਹੀ ਸਭ ਕੁਝ ਸਮਝਦਾ ਸੀ ਪਰਮਾਤਮਾ ਦਾ ਕੋ ਆਪਣੇ ਆਪ ਨੂੰ ਸੰਬੋਧਿਤ ਕਰਦਾ ਸੀ ਕਿ ਖੋਦ ਹੀ ਉਹ ਸਾਰਾ ਕੁਝ ਹੈਗਾਗਾ ਜਿਵੇਂ ਉਹ ਚਾਹੁੰਦਾ ਹੈ ਉਸੇ ਤਰੀਕੇ ਦੇ ਨਾਲ ਜਿਹੜਾ ਹਨਾ ਦੁਨੀਆ ਦੇ ਵਿੱਚ ਸੌਰੀ ਫਰਾਂਸ ਫਰਾਂਸ ਦੇ ਵਿੱਚ ਹੋਣਾ ਚਾਹੀਦਾ ਹੈ ਸੋ ਉਹ ਨਿਰਕੁਸ਼ ਹੋ ਚੁੱਕਿਆ ਸੀਗਾ ਬਈ ਲੋਕਾਂ ਦੀ ਪਰਵਾਹ ਨਹੀਂ ਕਰਦਾ ਸੀਗਾ ਠੀਕ ਆ ਆਪਣੇ ਹੀ ਜਿਹੜੇ ਕਹ ਸਕਦੇ ਹੈਗੇ ਆ ਸ਼ੋਰਾਮ ਦੇ ਵਿੱਚ ਰਹਿੰਦਾ ਸੀ ਲੋਕਾਂ ਦੀ ਉਹਨੂੰ ਕੋਈ ਪਰਵਾਹ ਨਹੀਂ ਸੀ ਕਿ ਕੋਈ ਇਸ ਤਰ੍ਹਾਂ ਦੀ ਟੈਨਸ਼ਨ ਚੱਲ ਰਹੀ ਹੋਵੇਗੀ ਉਹ ਸਾਰੀਆਂ ਚੀਜ਼ਾਂ ਦੇ ਕਾਰਨ ਕਰਕੇ ਇਹ ਇੱਕ ਰਾਜਨੀਤਿਕ ਘਨਪੰਜਨ ਹੈ ਕਿਉਂਕਿ ਰਾਜਨੀਤੀ ਦੇ ਨਾਲ ਜੁੜਿਆ ਹੋਇਆ ਸੀਗਾ ਹੈੱਡ ਸੀਗਾ ਬਈ ਉੱਥੋਂ ਦਾ ਹਨਾ ਸੋ ਇਸ ਤੇ ਕਾਰਨ ਕਰਕੇ ਰਾਜਨੀਤਿਕ ਫੈਕਟਰ ਦੇ ਵਿੱਚ ਪ੍ਰਮੁੱਖ ਜਿਹੜਾ ਹੈ ਉਹ ਲੂਈ 14ਵੇਂ ਦੀ ਨਿਰਕੁਸ਼ਤਾ ਸੀਗੀ ਬਈ ਠੀਕ ਆ ਮਤਲਬ ਆਪਣੇ ਹੀ ਸਾਰੀ ਕਮਾਂਡ ਰੱਖਦਾ ਸੀ ਨੈਕਸਟ ਹੈ ਜੀ 7 ਨੰਬਰ ਲੁਈ 14ਵਾਂ ਫਰਾਂਸ ਦਾ ਬਾਦਸ਼ਾਹ ਕਦੋਂ ਬਣਿਆ ਸੋ ਲੁਈ 14ਵਾਂ ਜਿਹੜਾ ਹੈ ਬਈ ਇਹ ਫਰਾਂਸ ਦਾ ਬਾਦਸ਼ਾਹ ਬਣਿਆ 1679 ਦੇ ਵਿੱਚ ਸੌਰੀ 99 ਦੇ ਵਿੱਚ 1645 ਦੇ ਵਿੱਚ 1643 ਦੇ ਵਿੱਚ 1670 ਦੇ ਵਿੱਚ ਲੁਈ 14ਵਾਂ ਜਿਹੜਾ ਹੈ ਬਈ ਇਹ ਫਰਾਂਸ ਦਾ ਬਾਦਸ਼ਾਹ ਬਣਿਆ ਸੀਗਾ ਸਾਲ 1643 ਦੇ ਵਿੱਚ ਹੁਣ ਇੱਥੇ ਇੱਕ ਫੈਕਟਰ ਯਾਦ ਰੱਖਣਾ ਹੈ ਕਿ ਜਿਹੜੀ ਕ੍ਰਾਂਤੀ ਤੋਂ ਪਹਿਲਾਂ ਜਾਂ ਕ੍ਰਾਂਤੀ ਦੇ ਦੌਰਾਨ ਪ੍ਰਮੁੱਖ ਜਿਹੜੇ ਫਰਾਂਸ ਦੇ ਬਾਦਸ਼ਾਹ ਰਹੇ ਨੰਬੇ ਹਨ ਉਹ ਸਾਰੇ ਇਹਦੇ ਵਿੱਚ ਸ਼ਾਮਿਲ ਹੈਗੇ ਨੇ ਇਹ ਜੁੜੇ ਹੋਏ ਨੇ ਇਹਨਾਂ ਦੇ ਜੀਵਨ ਬਾਰੇ ਇਹਨਾਂ ਦੀਆਂ ਰਾਣੀਆਂ ਦੇ ਬਾਰੇ ਇਹਨਾਂ ਦੇ ਨਿਵਾਸ ਸਥਾਨ ਬਾਰੇ ਇਹਨਾਂ ਦੇ ਜਨਮ ਬਾਰੇ ਸਾਰਾ ਕੁਝ ਪੁੱਛਿਆ ਜਾ ਸਕਦਾ ਹੈ ਜੋ ਆਉਣ ਵਾਲੇ ਸੈਸ਼ਨਾਂ ਦੇ ਵਿੱਚ ਆਪਾਂ ਹਰ ਇੱਕ ਪੁਆਇੰਟ ਜਿਹੜਾ ਉਹ ਕਵਰ ਕਰਾਂਗੇ ਓਕੇ ਸੋ ਇਸ ਲਈ ਇਹਨੂੰ ਪੂਰੇ ਧਿਆਨ ਦੇ ਨਾਲ ਤੁਸੀਂ ਜਿਹੜਾ ਰੀਡ ਕਰਨਾ ਹੈਗਾ ਸੋ ਲੁਈ 14 ਜਿਹੜਾ ਹੈ ਬਈ ਸਾਲ 1643 ਦੇ ਵਿੱਚ ਜਿਹੜਾ ਹੈ ਫਰਾਂਸ ਦਾ ਬਾਦਸ਼ਾਹ ਬਣਦਾ ਹੈਗਾ ਓਕੇ ਔਰ ਇਹਦੀ ਮੌਤ ਜਿਹੜੀ ਹੈ ਉਹ ਸਾਲ 1715 ਦੇ ਵਿੱਚ ਹੁੰਦੀ ਹੈ ਕਿ ਅਗੀ ਦੋਨੋਂ ਮੈਂ ਐਡ ਕਰ ਰਹੇ ਹਾਂ ਇਹਦੇ ਵਿੱਚ ਬਾਦਸ਼ਾਹ ਬੰਦਾ ਹੈ 1643 ਦੇ ਵਿੱਚ ਤੇਦੀ ਮੌਤ ਹੁੰਦੀ ਹੈ ਬਈ 1600 ਸੋਰੀ 1715 ਦੇ ਵਿੱਚ ਬਟ ਇੱਥੇ ਇੱਕ ਚੀਜ਼ ਤੁਸੀਂ ਧਿਆਨ ਰੱਖਣੀ ਹੈ ਕਿ ਜਦੋਂ ਲੁਈ 14ਵਾਂ ਬਾਦਸ਼ਾਹ ਬਣਦਾ ਹੈ ਤਾਂ ਉਸ ਸਮੇਂ ਜਿਹੜਾ ਹੈ ਬਈ ਇੰਨਾ ਬਾਲਗ ਸੀਗਾ ਛੋਟੀ ਉਮਰ ਦੇ ਵਿੱਚ ਸੀਗਾ ਇਹ ਸ਼ਾਸਨ ਚਲਾਉਣ ਦੇ ਯੋਗ ਨਹੀਂ ਸੀਗਾ ਜਿਸ ਦੇ ਕਾਰਨ ਕਰਕੇ ਲੁਈ 14ਵੇਂ ਦੀ ਜਗ੍ਹਾ ਤੇ ਆਪਣੇ ਇੱਕ ਉੱਤਰ ਅਧਿਕਾਰੀ ਜਾਂ ਕਹਿ ਸਕਦੇ ਸਰਪ੍ਰਸਤੀ ਜਿਹੜਾ ਹੈ ਉਹ ਰੱਖਿਆ ਗਿਆ ਸੀ ਜੋ ਕਿ ਬਾਕੀ ਦੇ ਸ਼ਾਸਨ ਪ੍ਰਬੰਧ ਨੂੰ ਚਲਾਉਂਦਾ ਸੀਗਾ ਜੋ ਕਿ ਨੈਕਸਟ ਕੁਐਸਚਨ 'ਚ ਆਪਾਂ ਗੱਲ ਕਰਦੇ ਹਾਂ ਨੈਕਸਟ ਹੈ ਜੀ ਕਾਰਡੀਨਲ ਮਰ ਮਰਜਨੀ ਮਜਰੀਨ ਕੌਣ ਸੀਗਾ ਬਈ ਇਹ ਬਾਦਸ਼ਾਹ ਦਾ ਭਰਾ ਸੀਗਾ ਬਾਦਸ਼ਾਹ ਦਾ ਪਿਤਾ ਸੀ ਬਾਦਸ਼ਾਹ ਦਾ ਸਰਪ੍ਰਸਤ ਸੀਗਾ ਜਾਂ ਫਿਰ ਬਾਦਸ਼ਾਹ ਦਾ ਅੰਗਰੇਕ ਸੀ ਬਾਦਸ਼ਾਹ ਮੀਨਸ ਲੁਈ 14 ਆ ਓਕੇ ਲੁਈ 14 ਸੋ ਇਸ ਦਾ ਹੈ ਬਈ ਕੀ ਲੱਗਦਾ ਸੀਗਾ ਜੇ ਆਪਾਂ ਗੱਲ ਕਰੀਏ ਲਾਸਟ ਕੁਐਸਚਨ ਤੁਹਾਨੂੰ ਦੱਸਿਆ ਹੈ ਕਿ ਜਦੋਂ ਬਈ 1643 ਦੇ ਵਿੱਚ ਇਸ ਨੂੰ ਸ਼ਾਸਨ ਪ੍ਰਬੰਧ ਸੰਭਾਲਿਆ ਗਿਆ ਸੀ ਗਾਲੂ 14ਵੇਂ ਨੂੰ ਤਾਂ ਇਹ ਨਾ ਬਾਲਗ ਸੀਗਾ ਸ਼ਾਸਨ ਪ੍ਰਬੰਧ ਚਲਾਉਣ ਦੇ ਯੋਗ ਨਹੀਂ ਸੀਗਾ ਇਸ ਕਰਕੇ ਇਸਨੇ ਆਪਣਾ ਇੱਕ ਸਰਪ੍ਰਸਤ ਜਿਹੜਾ ਹੈ ਉਹ ਰੱਖ ਲਿਆ ਸੀ ਜੀ ਦਾ ਨਾਮ ਸੀਗਾ ਕਾਰਡੀਨਲ ਮਜਰੀਨ ਇਸ ਦਾ ਜਿਹੜਾ ਕਹਿ ਸਕਦੇ ਹਾਂ ਸਰਪ੍ਰਸਤੀ ਸੀਗਾ 1643 ਤੋਂ ਲੈ ਕੇ ਵੈਰੀ ਵੈਰੀ ਇੰਪੋਰਟੈਂਟ 1643 ਤੋਂ ਲੈ ਕੇ 1661 ਤੱਕ ਜਿਹੜਾ ਸ਼ਾਸਨ ਪ੍ਰਬੰਧ ਸੀ ਫਰਾਂਸ ਦਾ ਉਹ ਸਾਰੇ ਦਾ ਸਾਰਾ ਬਈ ਇਸ ਵਿਅਕਤੀ ਦੇ ਅਧੀਨ ਸੀਗਾ ਕਾਰਡੀਨਲ ਮੈਜ਼ਰਿਨ ਦੇ ਕਿਉਂਕਿ 1661 ਦੇ ਵਿੱਚ 1643 ਲੈ ਕੇ ਕਾਰ ਤੇ ਕੇ ਸ਼ਾਸਨ ਕਰਦਾ ਹੈ ਬਟ ਜਿੱਦਾਂ ਹੀ 1661 ਦੇ ਵਿੱਚ ਬਾਦਸ਼ਾਹ ਜਿਹੜਾ ਹੈ ਲੂਈ 14ਵਾਂ ਸੀ ਬਈ ਜਵਾਨ ਹੁੰਦਾ ਤਾਂ ਉਹ ਆਪਣਾ ਸ਼ਾਸਨ ਪ੍ਰਬੰਧ ਦੁਬਾਰਾ ਤੋਂ ਆਪਣੇ ਹਿੱਸੇ ਜਿਹੜਾ ਉਹ ਲੈ ਲੈਂਦਾ ਹੈਗਾ ਗਾ ਵੀ ਯਾਦ ਰੱਖਣਾ ਹੈ ਠੀਕ ਹੈ 1643 ਤੋਂ ਲੈ ਕੇ 61 ਤੱਕ ਕਾਰਡੀਨਲ ਮਜ਼ਰੀਨ ਨੇ ਜਿਹੜਾ ਹੈ ਉਹ ਸਰਪ੍ਰਸਤ ਰਿਹਾ ਸੀਗਾ ਲੁਈ 14ਵਾਂ ਬਾਦਸ਼ਾਹ ਬਣ ਅਸੀਂ 1643 ਦੇ ਵਿੱਚ ਬਟ ਸ਼ਾਸਨ ਪ੍ਰਬੰਧ ਜਿਹੜਾ ਉਹਦੇ ਹਿੱਸੇ ਦੇ ਵਿੱਚ ਆਉਂਦਾ ਹੈ ਉਹ ਸਾਲ 1661 ਤੋਂ ਹੁੰਦਾ ਹੈ ਇਸ ਸਮੇਂ ਤੋਂ ਜਿਹੜਾ ਕੰਮ ਹੁੰਦਾ ਉਹ ਸਾਰਾ ਲੁਈ 14ਵੀ ਦੇ ਅਨੁਸਾਰ ਹੁੰਦਾ ਹੈ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ ਨੰਬਰ ਪ੍ਰਤਾਪੀ ਰਾਜਾ ਜਾਂ ਸੂਰਜ ਰਾਜਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹਨਾਂ ਚੋਂ ਕਾਰਡੀਨਲ ਮਜ਼ਰੀਨ ਨੂੰ ਕਿਹਾ ਜਾਂਦਾ ਹੈ ਜਾਂ ਲੁਈ 13ਵਾਂ ਹੈਗਾਗਾ ਜਾਂ ਫਿਰ ਲੁਈ 14 ਜਾਂ ਫਿਰ ਲੁਈ 15 ਇਹ ਵੀ ਨਾਮ ਐਸਤਾ ਠੀਕ ਹੈ ਕਿ ਪ੍ਰਤਾਪੀ ਰਾਜਾ ਜਾਂ ਸੂਰਜੀ ਰਾਜਾ ਸੂਰਜ ਰਾਜਾ ਜਿਹੜਾ ਹੈ ਉਹ ਕਿਸ ਨੂੰ ਕਿਹਾ ਜਾਂਦਾ ਸੀਗਾ ਇਹ ਆਮ ਤੌਰ ਤੇ ਕੁਐਸਚਨ ਪੁੱਛ ਲਿਆ ਜਾਂਦਾ ਹੈ ਸੋ ਇਸ ਨਾਲ ਰਿਲੇਟਡ ਤੁਸੀਂ ਯਾਦ ਰੱਖਣਾ ਹੈ ਬਈ ਸੋ ਇਹ ਕਿਹਾ ਜਾਂਦਾ ਸੀਗਾ ਲੁਈ 14 ਨੂੰ ਓਕੇ ਸੋ ਲੁਈ 14ਮਾ ਸੀਗਾ ਜਿਹੜਾ ਉਸ ਨੂੰ ਕਿਹਾ ਜਾਂਦਾ ਸੀ ਪ੍ਰਤਾਪੀ ਰਾਜਾ ਜਾਂ ਸੂਰਜ ਰਾਜਾ ਇਹ ਤਾਂ ਕਿਹਾ ਜਾਂਦਾ ਸੀ ਕਿਉਂਕਿ ਬਈ ਇਹ ਆਪਣੇ ਆਪ ਨੂੰ ਸਾਰਾ ਕੁਝ ਸਮ ਦੇ ਸੀਗੇ ਤੁਹਾਨੂੰ ਪਹਿਲਾਂ ਦੱਸਿਆ ਹੈ ਨਾ ਸੋ ਆਪਣੇ ਆਪ ਨੂੰ ਹੀ ਸਾਰੇ ਦੇ ਸਾਰਾ ਕੰਟਰੋਲ ਜਿਹੜਾ ਉਹ ਮੰਨਦੇ ਹੁੰਦੇ ਸੀ ਇਸੇ ਕਾਰਨ ਕਰਕੇ ਸੂਰਜ ਰਾਜਾ ਜਾਂ ਪ੍ਰਤਾਪੀ ਰਾਜਾ ਦੇ ਨਾਮ ਨਾਲ ਲੂਈ 14ਵੇਂ ਨੂੰ ਸੰਬੋਧਿਤ ਕੀਤਾ ਜਾਂਦਾ ਸੀ ਨੈਕਸਟ ਹੈ ਜੀ ਕੁਐਸਚਨ ਨੰਬਰ 10 ਲੂਈ 14ਵੇਂ ਦਾ ਵਿਸ਼ਵਾਸ ਸੀ ਦੇਵਿੱਦ ਘਾਰਾਂ ਦੇ ਸਿਧਾਂਤ ਦੇ ਉੱਪਰ ਸੂਰਜ ਦੇਵਤੇ ਦੇ ਉੱਪਰ ਜਾਂ ਫਿਰ ਅਗਨੀ ਦੇਵਤੇ ਦੇ ਉੱਪਰ ਜਾਂ ਫਿਰ ਜਨਾਨੀ ਦੇਵਤੇ ਦੇ ਉੱਪਰ ਲੂਈ 14ਵੇਂ ਦਾ ਵਿਸ਼ਵਾਸ ਸੀਗਾ ਭਈ ਦੇਵੀ ਦੇ ਅਧਿਕਾਰਾਂ ਦੇ ਸਿਧਾਂਤਾਂ ਦੇ ਉੱਪਰ ਮੇਨ ਜੇ ਕਿ ਲੂਈ 14ਵੇਂ ਨੂੰ ਹੀ ਜਿਹੜਾ ਹੈ ਪ੍ਰਭੂ ਨੇ ਭੇਜਿਆ ਹੈ ਪਰਮਾਤਮਾ ਨੇ ਭੇਜਿਆ ਹੈ ਤੇ ਉਹ ਪ੍ਰਭੂ ਦਾ ਜਾਂ ਪਰਮਾਤਮਾ ਦਾ ਪ੍ਰਤੀਨਿਧ ਹੈਗਾਗਾ ਠੀਕ ਹੈ ਜਾਨੀ ਕਿ ਗॉड ਦਾ ਜਿਹੜਾ ਹੈ ਬਈ ਪ੍ਰਤੀਨਿਧ ਹੈ ਤੇ ਉਸ ਨੂੰ ਫਰਾਂਸ ਦੇ ਵਿੱਚ ਭੇਜਿਆ ਹੈ ਕਿ ਉਹ ਲੋਕਾਂ ਦੇ ਉੱਪਰ ਸ਼ਾਸਨ ਕਰੇ ਲੋਕਾਂ ਦੇ ਉੱਪਰ ਕੰਟਰੋਲ ਰੱਖੇ ਲੋਕਾਂ ਤੋਂ ਕੰਮ ਲਵੇ ਠੀਕ ਹੈ ਇਹੇ ਸ਼ਕਤੀ ਨੂੰ ਜਾਂ ਇਸੇ ਤਰ੍ਹਾਂ ਦੇ ਪ੍ਰੋਸੈਸ ਨੂੰ ਨਾਮ ਦਿੱਤਾ ਗਿਆ ਸੀ ਦੇਵੀ ਅਧਿਕਾਰਾਂ ਦੇ ਸਿਧਾਂਤ ਦੇ ਤੌਰ ਤੇ ਇਹ ਲੂਈ 14ਵੇਂ ਦਾ ਵਿਸ਼ਵਾਸ ਸੀਗਾ ਓਕੇ ਕਿ ਉਹ ਗॉड ਦੁਆਰਾ ਭੇਜਿਆ ਗਿਆ ਇੱਕ ਵਿਅਕਤੀ ਹੈ ਕਹਿੰਦਾ ਉਸ ਦਾ ਪ੍ਰਧਾਨ ਨਿਤ ਹੈ ਕਹਗਾ ਲੁਈ 14ਵੇਂ ਦਾ ਵਿਸ਼ਵਾਸ ਸੀਗਾ ਦੇਵੀ ਅਧਿਕਾਰਾਂ ਦੇ ਸਿਧਾਂਤਾਂ ਇਹ ਵਾਰ ਤੁਹਾਨੂੰ ਇਦਾਂ ਹੀ ਪੁੱਛਿਆ ਜਾ ਸਕਦਾ ਕਿ ਦੇਵੀ ਅਧਿਕਾਰਾਂ ਦਾ ਸਿਧਾਂਤ ਕਿਸ ਦੇ ਦੁਆਰਾ ਅਸੈਪਟ ਕੀਤਾ ਗਿਆ ਸੀ ਤਾਂ ਲੁਈ 14ਵਾਂ ਸੀ ਇਸ ਤਰ੍ਹਾਂ ਵੀ ਆ ਸਕਦਾ ਹੈ ਨੈਕਸਟ ਆ ਕੁਐਸਚਨ ਨੰਬਰ 11 ਮੈਂ ਹੀ ਸ਼ਾਸਨ ਹਾਂ ਕਿਸ ਦੇ ਸ਼ਬਦ ਨੇਗੇ ਸੋ ਮੈਂ ਹੀ ਸ਼ਾਸਨ ਸ਼ਬਦ ਕਿਸ ਦੇ ਹੈ ਬਾਈ ਕਾਰਡੀਨਲ ਮੈਜ਼ਰੀਨ ਦੇ ਹੈ ਲੁਈ 13ਵੇਂ ਦੇ ਹੈ ਲੁਈ 14ਵੇਂ ਦੇ ਹੈ ਜਾਂ ਲੁਈ 15ਵੇਂ ਦੇ ਹੈ ਮੈਂ ਹੀ ਸ਼ਾਸਨ ਮਤਲਬ ਮੈਂ ਹੀ ਸਭ ਕੁਝ ਹਾਂ ਜੋ ਕੁਝ ਮੈਂ ਕਹਿ ਦਿੰਦਾ ਉਹੀ ਕਾਨੂੰਨ ਹੈ ਤੇ ਉਸ ਦੇ ਅਨੁਸਾਰ ਹੀ ਸਾਰੇ ਕੰਮ ਹੋਣੇ ਨੇ ਇਹ ਸ਼ਬਦ ਕਹੇ ਗਏ ਸੀਗੇ ਲੂਈ 14ਵੇਂ ਦੇ ਦੁਆਰਾ ਠੀਕ ਹੈ ਸੋ ਇਹ ਪਹਿਲਾਂ ਆਪਾਂ ਲਾਸਟ ਕੁਐਸਚਨ ਦੀ ਗੱਲ ਕੀਤੀ ਹੈ ਕਿ ਆਪਣੇ ਆਪ ਨੂੰ ਪ੍ਰਭੂ ਦਾ ਜਿਹੜਾ ਪ੍ਰਜਨ ਦਾ ਉਹ ਸਮਝਦਾ ਸੀਗਾ ਔਰ ਜੋ ਕੁਝ ਉਸ ਦੇ ਮੂੰਹ ਦੇ ਵਿੱਚੋਂ ਨਿਕਲ ਜਾਂਦਾ ਸੀ ਉਹ ਕਾਨੂੰਨ ਹੀ ਸੀਗਾ ਇੱਕ ਤਰ੍ਹਾਂ ਦਾ ਠੀਕ ਹੈ ਤੇ ਉਸ ਦੇ ਅਨੁਸਾਰ ਹੀ ਸਾਰਾ ਕੰਮ ਹੁੰਦਾ ਸੀ ਜੇਕਰ ਕੋਈ ਜਿਹਾ ਨਹੀਂ ਕਰਦਾ ਸੀ ਤਾਂ ਫਿਰ ਨਿਰਕੁਸ਼ਤਾ ਉਹ ਸੀ ਗਈ ਠੀਕ ਹੈ ਮਤਲਬ ਕਿ ਜੇਕਰ ਕੋਈ ਜਹਾ ਨਹੀਂ ਕਰੂਗਾ ਤਾਂ ਫਿਰ ਉਹਦੇ ਸਜ਼ਾ ਦੇਣ ਦੇ ਲਈ ਜਿਹੜੇ ਸੈਨਿਕ ਉਹ ਬੈਠੇ ਹੁੰਦੇ ਸੀਗੇ ਨਾਲ ਦੀ ਨਾਲ ਚੱਕ ਦਿੰਦੇ ਸੀ ਤੁਮ ਉਹਦਾ ਓਕੇ ਸੋ ਮੈਂ ਹੀ ਸ਼ਾਸਨਸ਼ਾਪ ਦੇ ਜਿਹੜੇ ਆ ਲੁਈ 14ਵੇਂ ਦੇ ਦੁਆਰਾ ਕਹੇ ਗਏ ਮਤਲਬ ਕਿ ਮੈਂ ਹੀ ਸਭ ਕੁਝ ਹੈਗਾ ਮੈਂ ਹੀ ਪਰਮਾਤਮਾ ਦੇ ਰੂਪ ਦੇ ਵਿੱਚ ਜਿਹੜਾ ਧਰਤੀ ਤੇ ਪਹੁੰਚਿਆ ਹਾਂ ਅਤੇ ਇੱਥੇ ਇੱਕ ਚੀਜ਼ ਹੋਰ ਨੋਟ ਕਰ ਲਿਓ ਲੁਈ 14ਵਾਂ ਸੀਗਾ ਜਿਹੜਾ ਬਈ ਉਹ ਕੈਥੋਲਿਕ ਧਰਮ ਦੇ ਵਿੱਚ ਵਿਸ਼ਵਾਸ ਰੱਖਦਾ ਸੀਗਾ ਓਕੇ ਕੈਥੋਲਿਕ ਧਰਮ ਦੇ ਵਿੱਚ ਵਿਸ਼ਵਾਸ ਰੱਖਦਾ ਸੀ ਲੁਈ 14 ਬਟ ਜਿਹੜੇ ਪ੍ਰੋਟੈਸਟ ਧਰਮ ਵਾਲੇ ਸੀਗੇ ਉਹਨਾਂ ਦੇ ਉੱਪਰ ਹੀ ਅਤਿਆਚਾਰ ਕਰਦਾ ਹੁੰਦਾ ਸੀ ਉਹਨਾਂ ਨੂੰ ਇਹ ਪਸੰਦ ਨਹੀਂ ਕਰਦਾ ਸੀਗਾ ਕਿ ਭਈ ਇਹ ਧਰਮ ਵੀ ਪ੍ਰਫੁੱਲਤ ਹੋਵੇ ਬਟ ਸਿਰਫ ਆਪਣੇ ਹੀ ਕੈਥੋਲਿਕ ਜਿਹੜਾ ਧਰਮ ਸੀਗਾ ਉਸ ਨੂੰ ਹੀ ਪ੍ਰਮੋਟ ਕਰਨਾ ਚਾਹੁੰਦਾ ਸੀ ਦੂਸਰਿਆਂ ਦੇ ਉੱਪਰ ਤਾਂ ਕੋਈ ਧਿਆਨ ਨਹੀਂ ਸੀ ਦੂਜਿਆਂ ਤੇ ਦਬਾਉਣ ਦੇ ਵਿੱਚ ਹੀ ਲੱਗਾ ਰਹਿੰਦਾ ਸੀ ਇਹ ਵੀ ਇੱਕ ਫੈਕਟਰ ਰਿਹਾ ਸੀ ਜਿਹਦੇ ਕਾਰਨ ਕਰਕੇ ਫਰਾਂਸ ਦੇ ਵਿੱਚ ਬਈ ਕ੍ਰਾਂਤੀ ਆਈ ਸੀਗੀ ਧਰਮ ਨੂੰ ਲੈ ਕੇ ਓਕੇ ਨੈਕਸਟ ਹੈ ਕੁਐਸਚਨ ਨੰਬਰ 12 ਲੁਈ 14 ਨੇ ਫਰਾਂਸ ਨੂੰ ਗਰੀਬ ਕਰ ਦਿੱਤਾ ਇਹ ਕਿਸ ਨੇ ਕਿ ਲੂਈ 15ਵੇਂ ਨੇ ਕਿਹਾ ਲੂਈ ਗਾਰਜਸ ਨੇ ਕਿਹਾ ਜਾਂ ਪਲੂਟੋ ਨੇ ਕਿਹਾ ਜਾਂ ਫਿਰ ਅਰਸਤੂ ਨੇ ਲੂਈ 14ਵਾਂ ਸੀ ਜਿਹੜਾ ਭਾਈ ਪ੍ਰਭੂ ਸਮਝਦਾ ਸੀ ਆਪਣੇ ਆਪ ਨੂੰ ਤੇ ਜਿੰਨਾ ਰਪਈਆ ਪਿਆਸ ਉਸਦੇ ਕੋਲੇ ਜਿੰਨਾ ਤੁਹਾਨੂੰ ਉਸਦੇ ਕੋਲੇ ਪਿਆਸੀ ਉਹ ਸਾਰਾ ਉਸਨੇ ਆਪਣੇ ਐਸ਼ੋ ਰਾਮ ਦੇ ਵਿੱਚ ਨਿਕਾਲ ਦਿੱਤਾ ਠੀਕ ਹੈ ਜਿਹਦੇ ਵਿੱਚ ਭੋਗ ਵਿਲਾਸ ਹੋ ਗਿਆ ਆਪਣੀਆਂ ਮਹਿਲ ਬਣਾਉਣ ਦੇ ਵਿੱਚ ਲਗਾ ਦਿੱਤਾ ਆਪਣੀਆਂ ਇਮਾਰਤਾਂ ਬਣਾਉਣ ਦੇ ਵਿੱਚ ਲਗਾ ਦਿੱਤਾ ਆਪਣੇ ਰਹਿਣ ਸਣ ਦੇ ਉੱਪਰ ਆਪਣੇ ਖਾਣ ਪੀਣ ਦੇ ਉੱਪਰ ਠਾਠ ਵਾੜ ਦੇਣਾ ਸੱਜਣ ਦੇ ਉੱਪਰ ਹੀ ਖਰਚ ਕਰ ਦਿੱਤਾ ਜਿਹਦੇ ਕਾਰਨ ਕਰਕੇ ਜਿੰਨੀ ਤਾਂ ਸੰਪਤੀ ਸੀਗੀ ਉਹ ਉਸਨੇ ਆਪ ਦੇ ਉੱਪਰ ਹੀ ਖਰਚ ਕਰ ਲਿੱਤੇ ਤੇ ਫਰਾਂਸ ਦੇ ਲੋਕਾਂ ਨੂੰ ਤੇ ਫਰਾਂਸ ਨੂੰ ਗਰੀਬ ਕਰ ਦਿੱਤਾ ਇਹ ਸ਼ਬਦ ਜਿਹੜੇ ਹੈ ਇਹ ਕਿਸ ਨੇ ਕਹੇ ਸੀਗੇ ਇਹ ਸ਼ਬਦ ਕਹੇ ਗਏ ਸੀਗੇ ਲਿਓ ਗਾਰਜਸ ਗੱਭੀ ਵਿਅਕਤੀਕਰ ਠੀਕ ਹੈ ਸੋ ਹਿਸਟੋਰੀਅਨਸ ਸੋ ਉਸ ਵਿਅਕਤੀ ਨੇ ਸ਼ਬਦ ਕਹੇ ਸੀ ਕਿ ਵੀ ਲੁਈ 14ਵੇਂ ਨੇ ਜਿਹੜਾ ਹੈ ਫਰਾਂਸ ਨੂੰ ਬਿਲਕੁਲ ਗਰੀਬ ਕਰ ਦਿੱਤਾ ਨੰਗ ਕਰ ਦਿੱਤਾ ਉਹਦੇ ਕੋਲੇ ਕੁਝ ਵੀ ਨਹੀਂ ਰਿਹਾ ਇਹਨਾਂ ਨੇ ਆਪਣੇ ਉੱਪਰ ਹੀ ਸਾਰਾ ਜਿਹੜਾ ਧਨ ਹੈ ਉਹ ਖਰਚ ਕਰ ਲੇਤਾ ਸੀਗਾ ਓਕੇ ਨੈਕਸਟ ਹੈ ਜੀ ਕੁਐਸਚਨ ਨੰਬਰ 13 ਲੁਈ 14ਵੇਂ ਦੀ ਮੌਤ ਕਦੋਂ ਹੋਈ 1710 ਦੇ ਵਿੱਚ ਹੋਈ 1720 ਦੇ ਵਿੱਚ ਹੋਈ 1723 ਦੇ ਵਿੱਚ ਹੋਈ ਜਾਂ 1715 ਦੇ ਵਿੱਚ ਹੋਈ ਲੂਈ 14ਵਾਂ ਸੀ ਜਿਹੜਾ ਬਈ 1643 ਦੇ ਵਿੱਚ ਜਿਹੜਾ ਹੈ ਸ਼ਾਸਕ ਬਣਦਾ ਹੈਗਾਗਾ ਜਦੋਂ ਤੋ ਉਸ ਨੂੰ ਬਾਦਸ਼ਾਹ ਦਾ ਜਿਹੜਾ ਆਉਂਦਾ ਦਿੱਤਾ ਜਾਂਦਾ ਹੈ ਪਰ ਉਦੋਂ ਉਹ ਨਾਬਾਲਗ ਸੀ ਇਸ ਕਰਕੇ ਉਹਨੂੰ 1661 ਤੱਕ ਜਿਹੜਾ ਹੈ ਸ਼ਾਸਨ ਭਾਗ ਚਲਾਉਣ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਸੀਗੀ ਇਸ ਲਈ ਉਹ 1661 ਤੋਂ ਆਪਣਾ ਕਾਰਜ ਭਾਗ ਜਿਹੜਾ ਸ਼ਾਸਨ ਪ੍ਰਬੰਧ ਦਾ ਪੂਰਨ ਤੌਰ ਤੇ ਸੰਭਾਲਦਾ ਹੈ ਤੇ ਫਿਰ ਇਸ ਤੋਂ ਬਾਅਦ ਉਹ 1775 ਤੱਕ ਸ਼ਾਸਨ ਕਰਦਾ ਹੈਗਾਗਾ ਓਕੇ 1775 ਤੱਕ ਸ਼ਾਸਨ ਕਰਦਾ ਹੈ ਯਾਨੀ ਕਿ ਲੂਈ 14ਵੇਂ ਦੀ 1775 ਦੇ ਵਿੱਚ ਮੌਤ ਹੋ ਜਾਂਦੀ ਹੈਗੀ ਹੈਗੀ ਨੈਕਸਟ ਹੈ 14 ਨੰਬਰ ਡਿਊਕ ਆਫ ਔਰਲੇਜੈਂਸ ਜੰਜ਼ ਨੇ ਸ਼ਾਸਨ ਕਦੋਂ ਤੋਂ ਚਲਾਇਆ ਸੀ 1719 ਤੋਂ ਚਲਾਇਆ 1710 ਤੋਂ ਚਲਾਇਆ 1713 ਤੋਂ ਚਲਾਇਆ ਜਾਂ ਫਿਰ 1715 ਤੋਂ ਚਲਾਇਆ ਸੋ ਡਿਊਕ ਆਫ ਔਰਲੇਜ ਜਿਹੜੇ ਸੀਗੇ ਬਈ ਸੋ ਇਹ ਲੁਈ 15ਵੇਂ ਦੇ ਸਮੇਂ ਦਾ ਸੀਗਾ ਠੀਕ ਹੈ ਸੋ ਉਸ ਦੇ ਸ਼ਾਸਨ ਕਾਲ ਦੇ ਵਿੱਚ ਇਹ ਰਿਹਾ ਸੀਗਾ ਉਸ ਤੋਂ ਬਾਅਦ ਇਸ ਦੀ ਜਿਹੜੀ ਸ਼ੁਰੂਆਤ ਹੋਈ ਸੀਗੀ ਔਰ ਇਹਨੇ ਜਿਹੜਾ ਸ਼ਾਸਨ ਪ੍ਰਬੰਧ ਚਲਾਇਆ ਸੀਗਾ ਉਸ 1715 ਤੋਂ ਚਲਾਇਆ ਸੀਗਾ ਓਕੇ 1715 ਤੋਂ ਚਲਾਇਆ ਸੀਗਾ ਜਦੋਂ ਲੁਈ 14ਵੇਂ ਦੀ ਡੈਥ ਹੁੰਦੀ ਹੈ ਤਾਂ ਉਸ ਤੋਂ ਬਾਅਦ ਲੁਈ 15ਵੇਂ ਜਾਂ ਰੱਖਿਓ ਲੁਈ ਬੰਦਰਮਾ ਜਿਹੜਾ ਹੈ ਉਹ ਸ਼ਾਸਨ ਪ੍ਰਬੰਧ ਚਲਾਉਣ ਦੇ ਲਈ ਐਲੀਜੀਬਲ ਹੁੰਦਾ ਹੈ ਜਾਨੀ ਕਿ ਉਹਨੂੰ ਬਾਦਸ਼ਾਹ ਬਣਾ ਦਿੱਤਾ ਜਾਂਦਾ ਹੈ ਪਰ ਜਦੋਂ ਇਹ 1715 ਦੇ ਵਿੱਚ ਬਾਦਸ਼ਾਹ ਬਣਿਆ ਸੀ ਤਾਂ ਉਸ ਸਮੇਂ ਇਹਦੀ ਉਮਰ ਜਿਹੜੀ ਸੀਗੀ ਉਹ 5 ਸਾਲਾਂ ਦੀ ਸੀ ਜਾਨੀ ਕਿ ਨਾਬਾਲਗ ਸੀਗਾ ਤੇ ਸ਼ਾਸਨ ਪ੍ਰਬੰਧ ਨਹੀਂ ਚਲਾ ਸਕਦਾ ਸੀਗਾ ਓਕੇ ਜਿਸ ਦੇ ਕਾਰਨ ਕਰਕੇ 1715 ਤੋਂ ਜਿਹੜਾ ਹੈ ਬਈ ਇਸ ਦਾ ਸ਼ਾਸਨ ਪ੍ਰਬੰਧ ਚਲਾਉਣ ਦੀ ਸਰਪ੍ਰਸਤੀ ਜਿਹੜੀ ਦਿੱਤੀ ਗਈ ਸੀ ਉਹ ਡਿਊਕ ਆਫ ਆਲ ਔਰ ਜੰਸ ਜਿਹੜਾ ਸੀ ਉਸ ਨੂੰ ਦੇ ਦਿੱਤੀ ਸੀ ਉਸ ਨੇ ਜਿਹੜਾ ਸ਼ਾਸਨ ਪ੍ਰਬੰਧ ਹੈ ਉਹ ਚਲਾਇਆ ਸੀਗਾ ਓਕੇ ਲੁਈ 15ਵਾਂ ਜਿਹੜਾ ਸੀਗਾ ਵੀ ਇਹ ਲੁਈ 14ਵੇਂ ਦਾ ਪਰਪੋਤਾ ਸੀਗਾ ਓਕੇ ਲੁਈ 14ਵੇਂ ਦਾ ਪਰਪੋਤਾ ਸੀਗਾ ਜੀ ਲੁਈ 15ਵਾਂ ਇਸ ਤੋਂ ਬਾਅਦ ਬਣਿਆ ਸੀਗਾ ਇਹ ਨੈਕਸਟ ਹੈ ਕੁਐਸਚਨ ਨੰਬਰ 15 ਕਾਰਡੀਨਲ ਫਲਿਉਰੀ ਕਿਸ ਦਾ ਪ੍ਰਧਾਨ ਮੰਤਰੀ ਸੀ ਜੀ ਲੁਈ 14ਵੇਂ ਦਾ ਲੁਈ 15ਵੇਂ ਦਾ ਲੁਈ 16ਵੇਂ ਦਾ ਜਾਂ ਲੁਈ 17ਵੇਂ ਦਾ ਤੋ ਕਾਰਡੀਨਲ ਫਲੂਰੀ ਜਿਹੜਾ ਸੀਗਾ ਬਈ ਇਹ ਲੁਈ 15ਵੇਂ ਦਾ ਜਿਹੜਾ ਸੀਗਾ ਪ੍ਰਧਾਨ ਮੰਤਰੀ ਸੀਗਾ ਅਤੇ ਇਸ ਨੇ ਤਕਰੀਬਨ 17 ਸਾਲ ਤੱਕ ਜਿਹੜਾ ਸ਼ਾਸਨ ਕੀਤਾ ਸੀਗਾ ਯਾਨੀ ਸਰਵਿਸ ਜਿਹੜੀ ਹੈ ਪ੍ਰਧਾਨ ਮੰਤਰੀ ਦੀ ਉਹ ਪ੍ਰੋਵਾਈਡ ਕੀਤੀ ਸੀਗੀ ਕਾਰਡੀਨਲ ਫਲੂਰੀ ਨੇ ਲੁਈ 15ਵੇਂ ਨੂੰ ਓਕੇ ਨੈਕਸਟ ਹੈ ਜੀ ਕੁਐਸਚਨ ਨੰਬਰ 16 ਕਾਉਂਟੈਸ ਟੂ ਵੇਰੀ ਕੌਣ ਸੀ ਇੱਕ ਸੁੰਦਰੀ ਸੀ ਕੀ ਬਈ ਜਾਂ ਪ੍ਰਧਾਨ ਮੰਤਰੀ ਸੀ ਜਾਂ ਸਮਤ ਸੀ ਜਾਂ ਫਿਰ ਜ਼ਿੰਮੇਦਾਰ ਸੀ ਸੋ ਇਨਾ 14ਵੇਂ ਤੇ 15ਵੇਂ ਤੇ 16ਵੇਂ ਇਹਨਾਂ ਸਾਰੇ ਹੀ ਜਿਹੜੇ ਸ਼ਾਸਕਾਂ ਦੇ ਸਮੇਂ ਦੇ ਵਿੱਚ ਬਈ ਇਹਨਾਂ ਨੂੰ ਬੜਾ ਜਿਹੜਾ ਸ਼ੌਕ ਸੀਗਾ ਬਈ ਸੁੰਦਰੀਆਂ ਦਾ ਹਨਾ ਸੋ ਇਸੇ ਕਾਰਨ ਕਰਕੇ ਇਹਨਾਂ ਦੇ ਵਿੱਚ ਇੱਕ ਪ੍ਰਸਿੱਧ ਸੁੰਦਰੀ ਰਹਿੰਦੀ ਸੀਗੀ ਜਿਸ ਦਾ ਨਾਮ ਸੀ ਕਾਉਂਟੈਸ ਦੂ ਬੇਰੀ ਇਹ ਲੂਈ 15ਵੇਂ ਦੇ ਸਮੇਂ ਦੇ ਵਿੱਚ ਹੁੰਦੀ ਸੀਗੀ ਠੀਕ ਆ ਇਹਦੇ ਉੱਪਰ ਜਿਹੜਾ ਹੈ ਲੂਈ 15ਵੇਂ ਨੇ ਬਹੁਤ ਸਾਰਾ ਪੈਸਾ ਜਿਹੜਾ ਉਹ ਖਰਚ ਕਰ ਦਿੱਤਾ ਸੀਗਾ ਜਿਹਦੇ ਕਾਰਨ ਕਰਕੇ ਫਰਾਂਸ ਐਕਚੁਅਲ ਦੇ ਵਿੱਚ ਜਿਹੜਾ ਹਨਾ ਕਹਿ ਸਕਦੇ ਆ ਬਰਬਾਦ ਹੋ ਗਿਆ ਸੀਗਾ ਤੇ ਇਸੇ ਕਾਰਨ ਕਰਕੇ ਹੀ ਉੱਥੇ ਕ੍ਰਾਂਤੀ ਜਿਹੜੀ ਹੈ ਨਾ ਉਹ ਸ਼ੁਰੂ ਹੋਈ ਸੀਗੀ ਨੈਕਸਟ ਹੈ ਜੀ ਕੁਐਸਚਨ ਨੰਬਰ 17 ਲੂਈ 15ਵੇਂ ਨੇ 7 ਸਾਲਾ ਯੁੱਧ ਦੇ ਵਿੱਚ ਭਾਗ ਲਿਆ ਸੀ ਇਸ ਦਾ ਸਮਾਂ ਕਿੰਨਾ ਸੀਗਾ 1756 ਤੋਂ ਲੈ ਕੇ 1763 ਤੱਕ 1740 ਤੋਂ ਲੈ ਕੇ 1748 ਤੱਕ 1730 ਤੋਂ ਲੈ ਕੇ 1736 ਤੱਕ 1760 ਤੋਂ ਲੈ ਕੇ 1780 ਤੱਕ ਲੂਈ 15ਵਾਂ ਜਿਹੜਾ ਹੈ ਬਈ ਉਹ ਇੱਕ ਇਸ ਤਰ੍ਹਾਂ ਦਾ ਸ਼ਾਸਕ ਸੀ ਜਿਨੇ ਆਪਣੇ ਜਿਹੜੇ ਕਾਹ ਸਕਦੇ ਆ ਬੈਕਗ੍ਰਾਉਂਡ ਵਾਲੇ ਜਿਹੜੇ ਸ਼ਾਸਕ ਸੀਗੇ ਉਹਨਾਂ ਦੀ ਗੱਲ ਨਹੀਂ ਮੰਨੀ ਆਪਣੇ ਹੀ ਤਰੀਕੇ ਦੇ ਨਾਲ ਸ਼ੁਰੂ ਕਰ ਦਿੱਤਾ ਕਿ ਉਹਨੇ ਇਹ ਵੀ ਕੀਤਾ ਵੀ ਆਪਣੇ ਹੀ ਤਰੀਕੇ ਨਾਲ ਬਾਕੀ ਦੇ ਯੁੱਧਾਂ ਦੇ ਵਿੱਚ ਪਾਰਟਿਸਿਪੇਟ ਕਰਨ ਦਿੱਤਾ ਪਰ ਲੂਈ 15ਵੇਂ ਦੇ ਸਮੇਂ ਦੋ ਜਿਹੜੇ ਯੁੱਧ ਉਪਰਮੋਖਾ ਰਹੇ ਸੀਗੇ ਜਿਦੇ ਵਿੱਚ ਇੱਕ ਪਹਿਲਾ ਸੀਗਾ 7 ਸਾਲਾ ਯੁੱਧ ओके फेमस ਹੈਗਾਗਾ ਬਈ 7 ਸਾਲਾ ਯੁੱਧ ਜਿਹੜਾ ਹੈ ਇਹ 1756 ਤੋਂ ਸ਼ੁਰੂ ਹੁੰਦਾ ਤੇ 1763 ਤੱਕ ਚੱਲਦਾ ਰਿਹਾ ਸੀ ਇਹਦੇ ਵਿੱਚ ਲੂਈ 15ਵੇਂ ਨੇ ਜਿਹੜਾ ਹੈ ਪਾਰਟਿਸਪੇਟ ਕੀਤਾ ਸੀ ਇਸ ਸਮਾਂ ਹੈ 7 ਸਾਲਾ ਯੁੱਧ ਦਾ ਜ਼ਿਕਰ ਤੁਹਾਨੂੰ ਪੁੱਛ ਲਿਆ ਜਾਂਦਾ ਹੈਗਾਗਾ ਇਸ ਤੋਂ ਇਲਾਵਾ ਲੂਈ 15ਵੇਂ ਨੇ ਜਿਹੜਾ ਹੈ ਬਈ ਇੱਕ ਆਸਟਰੀਆ ਉਤਰੀ ਅਧਿਕਾਰੀ ਸੀ ਓਕੇ ਆਸਟਰੀਆ ਉਤਰ ਅਧਿਕਾਰੀ ਯੁੱਧ ਇਸ ਦੇ ਵਿੱਚ ਵੀ ਪਾਰਟਿਸਪੇਟ ਕੀਤਾ ਅਸਟਰੀਆ ਦੇ ਜਿਹੜੇ ਉਤਰਧਕਾਰੀ ਨੂੰ ਲੈ ਕੇ ਇਸਨੇ ਇਸ ਲੜਾਈ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਤੇ ਇਹਦਾ ਸਮਾਂ ਸੀਗਾ 1740 ਤੋਂ ਲੈ ਕੇ 1748 ਤੱਕ ਦਾ ਸਮਾਂ ਸੀ ਇਸ ਜੁੱਧ ਦੇ ਵਿੱਚ ਵੀ ਲੁਈ 19ਵੇਂ ਨੇ ਪਾਰਟਿਸਿਪੇਟ ਕੀਤਾ ਇਸ ਤੋਂ ਲਾ ਬਾਤ ਸੱਤ ਸਾਲਾ ਜੁੱਧ ਦੇ ਵਿੱਚ ਪਾਰਟਿਸਿਪੇਟ ਕੀਤਾ ਇਹ ਦੋ ਜੁੱਧ ਜਿਹੜੇ ਇਸ ਦੇ ਸ਼ਾਸਨ ਕਾਲ ਦੇ ਵਿੱਚ ਹੋਏ ਸੀ ਨੈਕਸਟ ਹੈ 18 ਨੰਬਰ ਲੁਈ 15ਵੇਂ ਨੇ ਆਪਣੇ ਉੱਤਰਧਿਕਾਰੀਆਂ ਦੇ ਲਈ ਵਿਰਸੇ ਦੇ ਵਿੱਚ ਸੈਨਿਕ ਹਾਰ, ਆਰਥਿਕ ਉਲਝਣਾ, ਸ਼ਾਸਨ ਦੀ ਅਯੋਗਤਾ, ਪਾਰਲੀਮਾਂ ਦਾ ਵਿਦਰੋਹ, ਪਰਜਲਿਤ ਰਾਜਨੀਤਿਕ ਤੇ ਸਮਾਜਿਕ ਵਿਵਸਥਾ ਪ੍ਰਤੀ ਬੁੱਧੀਜੀਵੀਆਂ ਦੀ ਅਸੰਤੁਸ਼ਟਾ ਛੱਡ ਕੇ ਛੱਡ ਗਿਆ। ਇਹ ਸ਼ਬਦ ਕਿਸ ਦੇ ਕਹੇ ਗਏ ਨੇਗੇ? ਸ੍ਰੀ ਜਾਰਜ ਲਮੀਟਰੇ ਦੇ ਨੇਗੇ, ਐਚ.ਏ.ਐਲ. ਫਿਸ਼ਰ ਦੇ ਨੇਗੇ ਜਾਂ ਲੁਈ 16ਵੇਂ ਦੇ ਨੇ ਜਾਂ ਫਿਰ ਜਾਰਜ ਬਲੌਕ ਦੇ ਨੇਗੇ? ਇਹ ਸ਼ਬਦ ਬਈ ਯਾਦ ਰੱਖਿਓ ਕਿਉਂਕਿ ਅੱਜ ਕੱਲ ਜਿਹੜਾ ਡੈਫੀਨੇਸ਼ਨਾਂ ਦਾ ਸਮਾਂ ਸ਼ੁਰੂ ਹੋ ਗਿਆ ਹੈ ਜਿਵੇਂ ਕਿ ਆਪਣੇ ਮਾਸਟਰ ਗ੍ਰੈਡਾ ਦੇ ਵਿੱਚ ਵਾਪਰਿਆ ਹੈ ਸੋ ਲੈਕਚਰਰ ਦੇ ਵਿੱਚ ਜਿਹੜੇ ਹੈ ਆਨ ਦੀ ਜ਼ਿਆਦਾ ਸਭਾਵਨਾ ਹੈਗੀ ਹੈ ਸੋ ਇਹ ਸ਼ਬਦ ਜਿਹੜੇ ਕਹੇ ਗਏ ਨੇ ਉਹ ਐਚ ਏ ਐਲ ਫਿਸ਼ਰ ਦੇ ਦੁਆਰਾ ਕਹੇ ਗਏ ਨੇ ਵੀ ਲੋਈ 15 ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਆਪਣੇ ਅਗਲੇ ਉਤਰ ਅਧਿਕਾਰੀਆਂ ਦੇ ਲਈ ਬੁੱਧੀਜੀਵੀ ਲੋਕਾਂ ਦੇ ਲਈ ਜਿਹੜਾ ਹੈ ਛੱਡ ਗਿਆ ਹੈ ਜਿਨ੍ਹਾਂ ਨੂੰ ਹੱਲ ਕਰਨਾ ਬਹੁਤ ਹੀ ਕਠਨ ਸੀਗਾ ਓਕੇ ਇਹ ਵੀ ਇੱਕ ਫੈਕਟਰ ਰਿਹਾ ਸੀ ਜਿਹਦੇ ਕਾਰਨ ਕਰਕੇ ਰੈਵਿਊਸ਼ਨ ਆਉਣਾ ਜ਼ਰੂਰੀ ਸੀਗਾ ਨੈਕਸਟ ਹੈ ਜੁਨੀ ਨੰਬਰ ਲੁਈਸ 16ਵਾਂ ਫਰਾਂਸ ਦਾ ਬਾਦਸ਼ਾਹ ਕਦੋਂ ਬਣਿਆ ਸੀਗਾ ਬਈ 1774 ਦੇ ਵਿੱਚ 1780 ਦੇ ਵਿੱਚ 1799 ਦੇ ਵਿੱਚ 1756 ਦੇ ਵਿੱਚ ਲੁਈਸ 16ਵਾਂ ਜਿਹੜਾ ਹੈ ਫਰਾਂਸ ਦਾ ਬਾਦਸ਼ਾਹ ਬਣਿਆ ਸੀਗਾ ਬਈ 1774 ਦੇ ਵਿੱਚ ਓਕੇ ਜੋ ਕਿ ਇਸ ਤੋਂ ਬਾਅਦ ਬਣਿਆ ਸੀਗਾ ਔਰ ਇਸ ਨੇ ਧਿਆਨ ਰੱਖਿਓ ਕਿ ਜਿਹੜਾ ਲੁਈਸ 16ਵਾਂ ਸੀਗਾ ਇਹ ਕੌਣ ਸੀਗਾ ਬਈ ਲੁਈ 15ਵੇਂ ਦਾ ਪੋਤਾ ਸੀਗਾ ओके ਇਹ ਜਰੂਰ ਨੋਟ ਕਰ ਲਿਓ ਬਈ ਕਿਉਂਕਿ ਜ਼ਿਆਦਾਤਰ ਕਈ ਵਾਰ ਇੱਥੋਂ ਪੁੱਛ ਲੈਂਦੇ ਵੀ ਪੋਤਾ ਸੀ ਪੁੱਤਰ ਸੀ ਜਾਂ ਫਿਰ ਕੀ ਸੀ ਹਨਾ ਉਸ ਤਰੀਕੇ ਦੇ ਨਾਲ ਜਿਹੜੇ 15ਵੇਂ ਦਾ ਇਹ ਪੋਤਾ ਸੀਗਾ ਵੈਰੀ ਵੈਰੀ ਇੰਪੋਰਟੈਂਟ ਲੂਈਸ 16 ਮਾਸ 1774 ਤੋਂ ਆਪਣਾ ਸ਼ਾਸਨ ਕਾਲ ਸ਼ੁਰੂ ਕਰਦਾ ਹੈ ਤੇ ਜਦੋਂ ਇਹ ਸ਼ਾਸਨ ਕਾਲ ਦੀ ਸ਼ੁਰੂਆਤ ਕਰਦਾ ਹੈ ਉਸ ਸਮੇਂ ਜਿਹੜੀ ਉਮਰ ਸੀਦੀ ਉਹ 20 ਸਾਲਾਂ ਦੀ ਸੀਗੀ ਓਕੇ ਲੂਈਸ 16 ਦੀ ਨੈਕਸਟ ਆਇ ਕੁਐਸਚਨ ਨੰਬਰ B ਐਤੋਨੇਤ ਕੌਣ ਸੀਗਾ ਬਈ ਸੋ ਇਹ ਲੁਈ 16ਵੇਂ ਦੀ ਪਤਨੀ ਸੀਗੀ ਲੁਈ 15ਵੇਂ ਦੀ ਪਤਨੀ ਸੀਗੀ ਜਾਂ ਲੁਈ 14ਵੇਂ ਦੀ ਪੁੱਤਰੀ ਸੀ ਜਾਂ ਫਿਰ ਲੁਈ 15ਵੇਂ ਦੀ ਪ੍ਰਧਾਨ ਮੰਤਰੀ ਸੋ ਐਤੋਨੇਤ ਜਿਹੜੀ ਸੀਗੀ ਬਈ ਇਹ ਲੁਈ 16ਵੇਂ ਦੀ ਪਤਨੀ ਸੀ ਸੋਣੀ ਬਹੁਤ ਸੀ ਬਈ ਸੁੰਦਰ ਬਹੁਤ ਸੀਗੀ ਬਟ ਜਿਹੜੀ ਹੈ ਦਿਮਾਗ ਦੇ ਪੱਖੋਂ ਜਿਹੜੀ ਕਮਜ਼ੋਰ ਸੀਗੀ ਲੁਈ 16ਵੇਂ ਨੇ ਜਿਹੜਾ ਹੈ ਸਾਰਾ ਖਰਚਾ ਸਾਰਾ ਪੈਸਾ ਜਿਹੜਾ ਹੈ ਉਹ ਇਸ ਤੇ ਹੀ ਬਰਬਾਦ ਕਰ ਦਿੱਤਾ ਇਸ ਤੋਂ ਇਲਾਵਾ ਇਹਦੀ ਸਲਾਹ ਵੀ ਮੰਨ ਲਈ ਜਾਂਦੀ ਸੀਗੀ ਠੀਕ ਹੈ ਬਟ ਦਿਮਾਗ ਦੇ ਪੱਖੋਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਕਿ ਇੰਨੀ ਨਹੀਂ ਸੀਗੀ ਬਟ ਉਸੇ ਦੇ ਕਾਰਨ ਕਰਕੇ ਹਨਾ ਫਰਾਂਸ ਦੇ ਵਿੱਚ ਬੜੀ ਉਲਝਣ ਪੈ ਗਈ ਫਰਾਂਸ ਪੂਰਾ ਜਿਹੜਾ ਹਿਲ ਚੁੱਕਿਆ ਸੀ ਹਨਾ ਪੂਰੀ ਤਰ੍ਹਾਂ ਉਹਦੇ ਵਿੱਚ ਪਰिवर्तन ਆ ਗਿਆ ਸੀਗਾ ਬਹੁਤ ਸਾਰੀਆਂ ਸਮੱਸਿਆਵਾਂ ਕ੍ਰੀਏਟ ਹੋ ਗਈਆਂ ਸੀਗੀਆਂ ਉਹਦੇ ਕਾਰਨ ਕਰਕੇ ਜਿਹੜਾ ਹੈ ਬਈ ਇਹ ਵੀ ਇੱਕ ਰਿਸਪੌਂਸੀਬਲ ਫੈਕਟਰ ਰਿਹਾ ਕਿ ਉਹਦੀ ਪਤਨੀ ਜਿਹੜੀ 16ਵੀਂ ਦੀ ਸੀ ਉਹ ਇੰਨੀ ਦਿਮਾਗ ਦੇ ਪੱਖੋਂ ਮਜ਼ਬੂਤ ਨਹੀਂ ਸੀਗੀ ਬਟ ਬਿਹਤ ਜਿਹੜੀ ਖੂ ओके जी। ਜੇਸੀ ਆਪਣਾ ਇਹਦਾ ਸੈਸ਼ਨ ਬਈ ਜਿਸ ਦੇ ਵਿੱਚ ਆਪਾਂ 20 एमसीक्यू ਡਿਸਕਸ ਕੀਤੇ ਨੇ ਆਉਣ ਵਾਲੇ ਸਮੇਂ ਜਦ ਆਪਾਂ ਇਹਨੂੰ ਹੋਰ ਵਧਾ ਲਵਾਂਗੇ ਠੀਕ ਹੈ। ਸੋ ਅੱਜ ਦਾ ਇੱਕ ਡੈਮੋ ਹੀ ਕਲਾਸ ਹੈ ਕਹਿ ਸਕਦੇ ਆ ਕਿ ਬਾਕੀ ਦੇ ਸਟੂਡੈਂਟ ਦੇ ਕਿ ਜਿਹੜੇ ਮੈਸੇਜ ਪਹੁੰਚ ਜਾਵੇ ਤਾਂ ਕਿ ਉਹ ਬਾਕੀ ਦੀਆਂ ਕਲਾਸਾਂ ਨੂੰ ਜੁਆਇਨ ਕਰ ਲੈਣ। ਓਕੇ ਔਰ 500 ਰੁਪਏ ਜਿਹੜੀ ਇਹਦੀ ਫੀਸ ਰਹੇਗੀ ਬਈ WhatsApp ਗਰੁੱਪ ਦੇ ਵਿੱਚ ਤੁਸੀਂ ਹਨਾ ਐਡ ਹੋ ਸਕਦੇ ਹੋਗੇ ਉਸ ਤੋਂ ਇਲਾਵਾ ਜਿਹੜਾ ਟੀਚਿੰਗ ਐਪ ਦੇ ਉੱਪਰ ਆਪਾਂ ਐਡ ਕਰਾਂਗੇ ਉਹ 500 ਰੁਪਏ ਦੀ ਫੀਸ ਹੋਵੇਗੀ ਜਿਸ ਦੇ ਵਿੱਚ ਤੁਹਾਨੂੰ ਇਹਨਾਂ ਕਲਾਸਾਂ ਨੂੰ ਜੁਆਇਨ ਕਰਨ ਦਾ ਜਿਹੜਾ ਹੱਕ ਮਿਲ ਜਾਇ ਟਾਪਿਕ ਬਾਈਜ ਟੈਸਟ ਐਂਡ ਕੰਪਲੀਟ ਟੈਸਟ ਜਿਹੜੇ ਹੈ ਬਈ ਜੋ ਪ੍ਰੀਵੀਅਸ ਪੇਪਰ ਨੂੰ ਲੈ ਕੇ ਗ੍ਰੇਟ ਕੀਤੇ ਜਾਂਦੇ ਆ ਉਹ ਸਾਰੇ ਤੁਹਾਨੂੰ ਇਸ ਐਪ ਦੇ ਉੱਪਰ ਹੀ ਪ੍ਰੋਵਾਈਡ ਕਰਾਂਗੇ ਤੇ ਉਮੀਦ ਕਰਦਾ ਹਾਂ ਸ਼ਾਇਦ ਸੰਸਾਰਾਂ ਦੇ ਲਈ ਹੈਲਪਫੁਲ ਹੋ ਰਿਹਾ ਹੋਊਗਾ ਸੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਥੈਂਕ ਯੂ ਸੋ ਮੱਚ